ਜਿਹੜਾ ਪ੍ਰੋਡਿਊਸਰ DXX ਆ, ਪਹਿਲੀ ਗੱਲ ਤਾਂ ਉਹ ਬੰਦਾ ਕਿੰਨੇ ਕੁ ਔਕਾਤ ਦਾ ਮਾਲਕ ਉਹਦਾ ਪਤਾ ਲੱਗ ਗਿਆ, ਪ੍ਰੇਮੀ ਨੇ ਸਾਲੇ ਉਹ, ਠੀਕ ਹੈ। ਲੱਖੇ ਸਧਾਣੇ ਨੇ ਉਹਨਾਂ ਦੇ ਪਿੰਡ ਜਾ ਕੇ ਕਿਹਾ ਕਿ ਉਹ ਬੰਦਾ ਪ੍ਰੇਮੀ, ਤੂੰ ਸਰਸਲ ਦਾ ਪ੍ਰੇਮੀ ਆ, ਇਹ ਆ ਜੋਆ ਬਵਾਂ ਨਾ ਵੀ ਮੈਨੂੰ ਕਹਿਣ ਵੀ ਮੈਂ ਪ੍ਰੇਮੀ ਆ, ਮੈਂ ਇਹਨੂੰ ਚੰਗੀ ਤਰ੍ਹਾਂ ਕਹਿਣਾ ਹਾਂ ਮੈਂ ਪ੍ਰੇਮੀ ਆ। ਸਾਲੇ ਉਹ ਤੁਹਾਡਾ ਪਿਤਾ ਜੀ ਦੇ ਜੇਲ੍ਹ 'ਚ ਬੈਠਾ ਹੋਇਆ ਸਰਸੇ ਵਾਲਾ, ਠੀਕ ਹੈ। ਅਤੇ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੁਝ ਦਿਨਾਂ ਤੋਂ ਪ੍ਰੋਡਿਊਸਰ DXX ਦੀ ਇੱਕ ਵੀਡੀਓ ਕਾਰਨ ਮੁੱਦਾ ਕਾਫੀ ਭਕਿਆ ਹੋਇਆ ਸੀ, ਜਿਸ ਮੁੱਦੇ ਉੱਤੇ ਕੁਝ ਲੋਕਾਂ ਵੱਲੋਂ ਪ੍ਰੋਡਿਊਸਰ DXX ਦੀ ਸਪੋਰਟ ਕੀਤੀ ਗਈ ਅਤੇ ਕਈ ਲੋਕ ਪ੍ਰੋਡਿਊਸਰ DXX ਦੇ ਵਿਰੁੱਧ ਵੀ ਸਨ। ਪਿਛਲੇ ਦਿਨ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਵਾਇਰਲ ਹੁੰਦੀ ਦਿਖਾਈ ਦਿੱਤੀ, ਜਿਸ ਵਿੱਚ ਕਰਨ ਔਜਲਾ ਨੇ ਪੂਰੀ ਖੁਸ਼ੀ ਨਾਲ ਪ੍ਰੋਡਿਊਸਰ DXX 'ਤੇ ਭਾਨਾ ਸਿੱਧੂ ਦੀ ਸਪੋਰਟ ਕਰਦੇ ਦਿਖਾਈ ਦਿੱਤੇ। ਆਓ ਦੇਖਦੇ ਹਾਂ ਉਹ ਵੀਡੀਓ। ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਤਾਜ਼ਾ ਤਰੀਨ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ, ਤਾਂ ਜੋ ਹਰ ਨਵੀਂ ਵੀਡੀਓ ਤੋਂ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਮਿਲ ਸਕੇ। ਇਸ ਦੇ ਨਾਲ ਹੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ। ਚਾਚਾ ਵਾਓ, ਚਾਚਾ ਚਾਚਾ ਵਾਓ, ਚਾਚਾ ਚਾਚਾ ਵਾਓ, ਚਾਚਾ ਚਾਚਾ ਵਾਓ, ਚਾਚਾ ਚਾਚਾ। ਇਸ ਵੀਡੀਓ ਵਿੱਚ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਕਰਨ ਔਜਲਾ ਜਾਂ ਪ੍ਰੋਡਿਊਸਰ DXX ਵਿੱਚੋਂ ਕਿਸ ਦੇ ਫੈਨ ਹੋ। ਇਸ ਦੇ ਨਾਲ ਹੀ ਵੀਡੀਓ ਨੂੰ ਲਾਈਕ ਜਾਂ ਡਿਸਲਾਈਕ ਜ਼ਰੂਰ ਕਰਨਾ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।